ਕਈ ਦਿਨਾਂ ਤੋਂ ਇੱਕ ਮੁੱਦਾ ਚੱਲਦਾ ਪਿਆ ਕੁੱਲੜ ਪੀਜ਼ੇ ਵਾਲਿਆਂ ਦਾ, ਹੈ ਨਾ। ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ, ਉਹਨਾਂ ਦੀ ਵਾਇਰਲ ਹੋਈ ਹੈ ਜਿਹੜੀ, ਅਤੇ ਕਿਸੇ ਨੇ ਇਕੱਲੇ ਬਹਿ ਕੇ ਦੇਖ ਲਈ, ਕਿਸੇ ਨੇ ਯਾਰ ਬੇਲੀ ਨਾਲ ਬਹਿ ਕੇ ਦੇਖ ਲਈ। ਪਹਿਲਾਂ ਤਾਂ ਭਾਈ ਤੁਹਾਡੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਨਾ ਕਰੋਗੇ ਕਿਸੇ ਨੂੰ ਵੀ, ਹੁਣ ਬਹੁਤ ਹੋ ਗਈ ਚੱਲ। ਅਤੇ ਉੱਥੇ ਨਾ ਹੁਣ ਇੱਕ ਮਿਸਟਰ ਮਿਸੇਜ ਬਾਬਾ ਕਪਲ ਆਗਾ, ਯੂਟਿਊਬ 'ਤੇ ਵੀ ਬਲੌਗ ਪਾਉਂਦੇ ਨੇ, ਇਹਨੇ ਵੀ ਦੋ ਤਿੰਨ ਬਲੌਗ ਪਾਏ ਨੇ ਕੁੱਲੜ ਪੀਜ਼ੇ ਵਾਲਿਆਂ ਦੀ ਸਪੋਰਟ ਦੇ ਵਿੱਚ। ਅਤੇ ਅੱਜ ਇਹਨੇ ਇੱਕ ਹੋਰ ਬਲੌਗ ਸ਼ੇਅਰ ਕੀਤਾ ਗਾ, ਇਹਦੇ ਵਿੱਚ ਆਪਣੀ ਮਾਂ ਨੂੰ ਪੁੱਛਦਾ ਗਾ। ਦੇਖੋ ਪਹਿਲਾਂ ਕੀ ਪੁੱਛਦਾ ਆਪਣੀ ਮਾਂ ਨੂੰ। ਮੰਮੀ ਤੂੰ ਵੀਡੀਓ ਦੇਖੀ, ਇੱਕ ਬੜੀ ਵਾਇਰਲ ਹੋ ਰਹੀ ਆ ਕੁੱਲੜ ਪੀਜ਼ੇ ਵਾਲੀ, ਤੂੰ ਕੋਈ ਰਿਵਿਊ ਦੇਣਾ ਚਾਹੂੰਗੀ ਲੋਕਾਂ ਨੂੰ, ਕਹਿ ਦਿਲ ਜੋ। ਦੇਖ ਲਓ ਕਿੱਡਾ ਬਸ਼ਰਮਿੰਦਾ ਸਾਲਾ, ਆਪਣੀ ਮਾਂ ਨੂੰ ਵੀ ਪੁੱਛੀ ਜਾਂਦਾ, ਕਹਿੰਦਾ ਮੰਮੀ ਤੂੰ ਕੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਦੇਖ ਲਈ, ਫਿਰ ਕਹਿਣਗੇ ਸਾਡੀਆਂ ਵੀਡੀਓ ਪੈ ਗਈਆਂ, ਸਾਡੀਆਂ ਵੀਡੀਓ ਲੀਕ ਹੋ ਗਈਆਂ, ਅਸੀਂ ਆਏ ਹਾਂ। ਹੁਣ ਆਪਣੀ ਮਾਂ ਦੀ ਬੇਇੱਜ਼ਤੀ ਕਰਾਉਂਦਾ ਪਿਆ, ਉਹਦੇ ਮੂੰਹ 'ਤੇ ਕੈਮਰਾ ਕਰਕੇ ਉਹਨੂੰ ਪੁੱਛਦਾ ਪਿਆ, ਕਹਿੰਦਾ ਤੂੰ ਕੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਦੇਖ ਲਈ, ਇਹ ਪੁੱਛਣ ਵਾਲੀ ਚੀਜ਼ ਆ, ਅਤੇ ਰਿਵਿਊ ਮੰਗਦਾ ਗਾ ਹਜੇ। ਨਹੀਂ ਦੇਖੀ ਉਹਨੇ, ਨਹੀਂ ਵੀਡੀਓ ਦੇਖੀ, ਤੂੰ ਉਹਨੂੰ ਦਿਖਾ ਦੇ ਕੋਲ ਬਹਿ ਕੇ, ਦਿਖਾ ਆਪਦੀ ਮੰਮੀ ਅਤੇ ਕਿਹਾ ਦੇਖ ਮੰਮੀ ਵੀਡੀਓ ਕੁੱਲੜ ਪੀਜ਼ੇ ਵਾਲਿਆਂ ਦੀ। ਸ਼ਰਮ ਤਾਂ ਕਰ ਲਓ ਯਾਰ, ਮਾੜੀ ਮੋਟੀ ਹਾਲੇ ਬੋਲਣ ਲੱਗੀ ਨੇ ਅੱਗਾ ਪਿੱਛਾ ਦੇਖਦੇ, ਫਿਰ ਕਹਿਣਗੇ ਸਾਡੀਆਂ ਵੀਡੀਓ ਪੈ ਗਈਆਂ, ਫਿਰ ਇੱਦਾਂ ਦਾ ਵੀਡੀਓ ਪੈਂਦੀਆਂ ਨੇ ਤੁਹਾਡੀਆਂ, ਹੋਰ ਕੀ ਕਹੀਏ ਤੁਹਾਨੂੰ। ਕੀ ਤੁਸੀਂ ਦਿਓ ਆਪਣੇ ਵਿਚਾਰ ਇਹ ਵੀਡੀਓ ਬਾਰੇ।